वेलकम गाइस, तुहाडा सारयां दा स्वागत है मेरे चैनल आइलेट्स विद सुख दे उपर। अज आपां करन जा रहे हां रीडिंग कैमरेज 12 दा टेस्ट 5 एंड पैसेज नंबर 1। तां अज आपां इहदे विच करांगे रीडिंग दियां फिल इन दियां ब्लैंक्स। सो तुसी मैं इस वीडियो दे विच दसांगी कि तुसी किवें लोकेशन फिल इन दियां ब्लैंक्स दी लभ सकदे हो ते इहनां नूं किवें इंप्रूव कर सकदे हो। चलो जी, बिना वेस्ट टाइम वेस्ट किते आपां स्टार्ट करदे हां अपनी वीडियोस। सब तो पहला गाइस, तुसी ने देखना कि उन्हां ने फिल इन दे ब्लैंक्स दे विच वन वर्ड पुछे है जां टू वर्ड पुछे। कई बच्चे हुंदे ने कि इस चीज़ नूं पढ़दे नहीं हैगे ते उह सिद्धा दो टू वर्ड्स वाले आंसर लगा देंदे आ, कि जदकि उन्हां ने पुछण दा वन वर्ड ओनली। ਤਾਂ ਇਸ ਗੱਲ ਦਾ ਹਮੇਸ਼ਾ ਤੁਸੀਂ ਨੇ ਧਿਆਨ ਰੱਖਣਾ। ਚਲੋ ਜੀ ਸਟਾਰਟ ਕਰਦੇ ਹਾਂ। ਤਾਂ ਇਹਨਾਂ ਨੇ ਕਿਹਾ ਕੰਪੈਰੀਜ਼ਨ ਆਫ ਐਲੂਮੀਨੀਅਮ ਸਕਰੂ ਕੈਪਸ ਐਂਡ ਕੋਰਕ ਬੋਟਲ ਸਟੋਪਰਸ। ਐਡਵਾਂਟੇਜਸ ਆਫ ਐਲੂਮੀਨੀਅਮ ਸਕਰੂ ਕੈਪਸ। ਐਲੂਮੀਨੀਅਮ ਸਕਰੂ ਕੈਪਸ ਦੇ ਉਹਨਾਂ ਨੇ ਐਡਵਾਂਟੇਜਸ ਪੁੱਛਿਆ ਨੇ। ਤਾਂ ਆਪਾਂ ਫਸਟ ਫਿਲ ਇਨ ਦੀ ਬਲੈਂਕਸ ਪੜ੍ਹਦੇ ਹਾਂ। ਡੂ ਨਾਟ ਅਫੈਕਟ ਦ ਡੈਸ਼ ਆਫ ਦ ਬੋਟਲ ਕੰਟੈਂਟਸ। ਤਾਂ ਉਹਨਾਂ ਨੇ ਪੁੱਛਿਆ ਵੀ ਜਿਹੜਾ ਉਹ ਕਿਸੇ ਚੀਜ਼ ਨੂੰ ਕੀ ਚੀਜ਼ ਸੀ, ਡੂ ਨਾਟ ਅਫੈਕਟ, ਉਹਨੂੰ ਅਫੈਕਟ ਨਹੀਂ ਕਰਦੀ ਸੀ, ਦਾ ਡੈਸ਼ ਕੀ ਚੀਜ਼ ਅਫੈਕਟ ਨਹੀਂ ਕਰਦੀ ਸੀ ਉਹਦੇ ਦਾ ਬੋਟਲ ਆਫ ਦਾ ਕੰਟੈਂਟਸ ਨੂੰ। ਤਾਂ ਆਰ ਡੈਸ਼ ਟੂ ਪ੍ਰੋਡਿਊਸ, ਵੀ ਉਸ ਚੀਜ਼ ਨੇ ਕੀ ਪ੍ਰੋਡਿਊਸ ਕੀਤਾ ਸੀ। ਇਹ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਹੋਈ ਹੈ ਕਿ ਹਮੇਸ਼ਾ ਇੱਕ ਨਹੀਂ, ਹਮੇਸ਼ਾ ਤੁਸੀਂ ਦੋ ਫਿਲ ਇਨ ਦੀਆਂ ਬਲੈਂਕਸ, ਦੋ ਟਰੂ ਫਾਲਸ ਹਮੇਸ਼ਾ ਨਾਲ ਲੈ ਕੇ ਚੱਲੋ, ਤਾਂ ਕਿ ਆਪਾਂ ਨੂੰ ਲੱਭਣਾ ਉੱਥੇ ਆਸਾਨ ਹੋਵੇ। ਕਿਉਂਕਿ ਕਈਆਂ ਦੀਆਂ ਫਿਲ ਇਨ ਦੀਆਂ ਬਲੈਂਕਸ ਤੇ ਟਰੂ ਫਾਲਸ ਦੀਆਂ ਲੋਕੇਸ਼ਨਸ ਹਮੇਸ਼ਾ ਇਕੱਠੀਆਂ ਹੀ ਪਈਆਂ ਹੁੰਦੀਆਂ ਹਨ। ਚਲੋ ਜੀ, ਆਪਾਂ ਜਾਂਦੇ ਹਾਂ ਪੈਸੇਜ ਦੇ ਉੱਪਰ। ਤਾਂ ਕੱਲ ਆਪਾਂ ਨੇ ਇਹਦੇ ਟਰੂ ਫਾਲਸ ਕੀਤੇ ਸੀ, ਤਾਂ ਆਪਾਂ ਇੱਥੇ ਤੱਕ ਸਾਰਾ ਕੰਪਲੀਟ ਕਰ ਲਿਆ ਸੀ। ਤਾਂ ਉਸ ਤੋਂ ਅੱਗੇ ਆਪਾਂ ਫਿਲ ਇਨ ਦੀਆਂ ਬਲੈਂਕਸ ਦੀਆਂ ਲੋਕੇਸ਼ਨਸ ਲੱਭਾਂਗੇ। ਤਾਂ ਉਸਨੇ ਕਿਹਾ ਗਾ ਫਸਟ ਦੇ ਵਿੱਚ ਡੂ ਨਾਟ ਅਫੈਕਟ ਦਾ ਡੈਸ਼ ਆਫ ਦਾ ਬੋਟਲ ਕੰਟੈਂਟਸ। ਤਾਂ ਉਹਨਾਂ ਨੇ ਇਹ ਵੀ ਦੱਸਿਆ ਗਾ ਵੀ ਉਹਨਾਂ ਨੇ ਕੰਪੈਰੀਜ਼ਨ ਕੀਤਾ ਐਲੂਮੀਨੀਅਮ ਸਕਰੂ ਕੈਪਸ ਤੇ ਐਂਡ ਕੋਰਕ ਬੋਟਲ ਸਟੋਪਰਸ ਦੇ ਵਿੱਚ। ਆਪਾਂ ਨੇ ਇਹਨਾਂ ਦੋਨਾਂ ਦਾ ਕੰਪੈਰੀਜ਼ਨ ਲੱਭਣਾ। ਇਹਨਾਂ ਨੇ ਐਲੂਮੀਨੀਅਮ ਸਕਰੂ ਦੀਆਂ ਐਡਵਾਂਟੇਜਸ ਪੁੱਛਿਆ ਨੇ ਫਸਟ ਆਪਾਂ ਨੂੰ, ਸੈਕਿੰਡ ਪੁੱਛਿਆ ਨੇ ਕੋਰਕ ਬੋਟਲ ਸਟੋਪਰਸ ਦੀਆਂ। ਤਾਂ ਇਹਨਾਂ ਨੇ ਆਪਾਂ ਨੂੰ ਦੋਨਾਂ ਦੀਆਂ ਐਡਵਾਂਟੇਜਸ ਪੁੱਛਿਆ ਨੇ। ਤਾਂ ਇਹਦੇ ਵਿੱਚ ਆ ਗਿਆ, ਤਾਂ ਆਪਾਂ ਪਹਿਲਾਂ ਲੱਭਾਂਗੇ ਐਲੂਮੀਨੀਅਮ ਸਕਰੂ ਕੈਪਸ। ਤਾਂ ਐਲੂਮੀਨੀਅਮ ਸਕਰੂ ਕੈਪ ਦੀ ਆਪਾਂ ਲੱਭਦੇ ਹਾਂਗੇ ਲੋਕੇਸ਼ਨ, ਬੋਟਲ ਸਟੋਪਰਸ ਆ ਸੀਗਾ ਅਫੈਕਟ, ਆ ਹੈਗਾ ਅਫੈਕਟ। ਉਹਨੇ ਕਿਹਾ ਸੀ ਡੂ ਨਾਟ ਅਫੈਕਟ ਦਾ ਡੈਸ਼ ਮੇ ਹੈਵ ਦਿਸ ਕੰਟੈਂਟ ਆਫ ਦਾ ਬੋਟਲ, ਦਿਸ ਇਜ਼ ਕੋਜ਼ਡ ਬਾਈ ਕੈਮੀਕਲ ਕੰਪਾਊਂਡ ਕੋਲਡ 2,4,6 ਟ੍ਰੀ TCA ਵਿਚ ਫਾਰਮਸ ਥਰੂ ਦਾ ਇੰਟਰੈਕਸ਼ਨ ਆਫ ਪਲਾਂਟ ਫੈਨੋਲਸ ਕਲੋਰੀਨ ਐਂਡ ਮੋਲਡ ਦਾ ਟਾਈਨਿਸਟ ਕੰਸਨਟ੍ਰੇਸ਼ਨ ਐਸ ਲਿਟਲ ਐਸ 3 or 4 ਪਾਰਟਸ ਟੂ ਏ ਟ੍ਰਿਲੀਅਨ ਕੈਨ ਸਪਾਇਲ ਦਾ ਟੇਸਟ ਆਫ ਦਾ ਪ੍ਰੋਡਕਟਸ। ਇਹਨਾਂ ਨੇ ਕਿਹਾ ਵੀ ਉਹ ਜਿਹੜਾ ਸਪਾਇਲ ਕਰਦਾ ਦਾ ਟੇਸਟ ਆਫ ਦਾ ਪ੍ਰੋਡਕਟਸ ਕੈਨ ਸਪਾਇਲ, ਅਤੇ ਇੱਥੇ ਇਹਨਾਂ ਨੇ ਕੀ ਲਿਖਿਆ ਡੂ ਨਾਟ ਅਫੈਕਟ ਦਾ ਡੈਸ਼ ਆਫ ਦਾ ਬੋਟਲ ਕੰਟੈਂਟ। ਤਾਂ ਉਹਨੂੰ ਕੀ ਕਰਦਾ ਸੀ, ਕੈਨ ਸਪਾਇਲ ਦਾ ਟੇਸਟ ਆਫ ਦਾ ਪ੍ਰੋਡਕਟਸ ਕੰਟੇਨ ਇਨ ਦਾ ਬੋਟਲ। ਤਾਂ ਆਪਣਾ ਆਂਸਰ ਆ ਗਿਆ ਟੇਸਟ। ਹਮੇਸ਼ਾ ਇਹ ਗੱਲ ਵੀ ਯਾਦ ਰੱਖਣੀ ਹੈ, ਤਾਂ ਇੱਥੇ ਦਾ ਲਿਖਿਆ ਤਾਂ ਦਾ ਤੋਂ ਬਾਅਦ ਹੀ ਉਹਦਾ ਕੋਈ ਆਂਸਰ ਹੋਊਗਾ। ਤਾਂ ਇੱਥੇ ਵੀ ਆਪਾਂ ਨੂੰ ਦਾ ਲਿਖਿਆ, ਇੱਥੇ ਸਪੋਇਲ ਲਿਖਿਆ, ਉੱਥੇ ਅਫੈਕਟ ਲਿਖਿਆ, ਤਾਂ ਇਹਦੇ ਨਾਲ ਆਊਗਾ ਟੇਸਟ। ਤਾਂ ਇਹਦਾ ਆਂਸਰ ਆਊਗਾ ਟੇਸਟ, ਠੀਕ ਹੈ ਜੀ। ਅਗਲਾ ਹੈਗਾ ਆਰ ਡੈਸ਼ ਟੂ ਪ੍ਰੋਡਿਊਸ, ਇਸ ਤੋਂ ਬਾਅਦ ਦਾ ਪੜ੍ਹਦੇ ਹਾਂ। ਦਾ ਰਿਜ਼ਲਟ ਹੈਜ਼ ਬੀਨ ਏ ਗ੍ਰੈਜੂਅਲ ਡੈਟ ਸਟੱਡੀ ਮੂਵ ਫਸਟ ਟੂ ਵਰਡਸ ਪਲਾਸਟਿਕ ਸਟੋਪਰਸ ਐਂਡ ਮੋਰ ਰੀਸੈਂਟਲੀ ਟੂ ਐਲੂਮੀਨੀਅਮ ਸਕਰੂ ਕੈਪਸ। ਦੀ ਸਬਸਟੀਟਿਊਟਸ ਆਰ ਚੀਪਰ, ਇਹ ਬਹੁਤ ਹੀ ਸਬਸਟੀਟਿਊਟਸ ਨੇ ਜਿਹੜੇ ਚੀਪਰ ਹੁੰਦੇ ਨੇ ਟੂ ਮੈਨੂਫੈਕਚਰ, ਟੂ ਮੈਨੂਫੈਕਚਰ। ਇਹਨੇ ਹੀ ਕਿਹਾ ਗਿਆ ਇੱਥੇ, ਕਿਹਾ ਗਾ ਆਪਾਂ ਨੂੰ ਟੂ ਪ੍ਰੋਡਿਊਸ, ਪ੍ਰੋਡਿਊਸ ਵੀ ਕੀ ਹੁੰਦਾ ਮੈਨੂਫੈਕਚਰ। ਤਾਂ ਇਹਨਾਂ ਨੇ ਸਿੱਧਾ ਟੂ ਮੈਨੂਫੈਕਚਰ ਲਿਖਤਾ, ਤਾਂ ਇਹਦੇ ਪਹਿਲਾ ਆਂਸਰ ਆਊਗਾ ਚੀਪਰ। ਇਹ ਆਪਾਂ ਨੂੰ ਸਾਰੀ ਲੋਕੇਸ਼ਨ ਦਿੱਤੀ ਪਈ ਹੈ, ਉਹਨਾਂ ਨੇ ਕਿਹਾ ਸੀ ਇੱਥੇ ਆਰ ਡੈਸ਼ ਟੂ ਪ੍ਰੋਡਿਊਸ, ਇਹਨਾਂ ਨੇ ਇੱਥੇ ਕਿਹਾ ਆਰ ਚੀਪਰ ਟੂ ਮੈਨੂਫੈਕਚਰ। ਤਾਂ ਇਹਦਾ ਆਂਸਰ ਆਊਗਾ ਚੀਪਰ। ਤਾਂ ਹੁਣ ਥਰਡ ਹੈਗੀ ਹੈ ਆਰ ਡੈਸ਼ ਟੂ ਯੂਜ਼, ਕੀ ਯੂਜ਼ ਹੁੰਦਾ ਸੀ। ਤਾਂ ਉਹਨਾਂ ਨੇ ਨਾਲ ਹੀ ਲੋਕੇਸ਼ਨ ਦਿੱਤੀ, ਐਂਡ ਇਨ ਦਾ ਕੇਸ ਆਫ ਸਕਰੂ ਕੈਪਸ, ਦੇ ਕੇਸ ਦੇ ਵਿੱਚ ਸਕਰੂ ਕੈਪਸ ਦੇ ਵਿੱਚ ਮੋਰ ਕਨਵੀਨੀਅੰਟ ਫੋਰ ਦਾ ਯੂਜ਼ਰਸ, ਇਹ ਬਹੁਤ ਹੀ ਸੌਖਾ ਹੁੰਦਾ ਸੀ ਫੋਰ ਯੂਜ਼ਰ ਦੇ ਲਈ। ਆਰ ਡੈਸ਼ ਟੂ ਯੂਜ਼ ਵੀ ਉਹਨਾਂ ਲਈ ਕੀ ਸੀ, ਇਹ ਯੂਜ਼ ਕਰਨਾ ਬਹੁਤ ਸੌਖਾ ਸੀ। ਤਾਂ ਉਹਨੂੰ ਆਪਾਂ ਲਿਖਾਂਗੇ ਕਨਵੀਨੀਅੰਟ। ਇਹ ਹੋ ਗਿਆ ਆਪਣੇ ਤਿੰਨੋਂ ਫਿਲ ਇਨ ਦੀਆਂ ਬਲੈਂਕਸ। ਤੇ ਅਗਲਾ ਉਹਨਾਂ ਨੇ ਪੁੱਛਿਆ ਐਡਵਾਂਟੇਜਸ ਆਫ ਕੋਰਕ ਬੋਟਲ ਸਟੋਪਰਸ।
ਤਾਂ ਇਸ ਦੀ ਲੋਕੇਸ਼ਨ ਇਸ ਦੇ ਅੱਗੇ ਹੀ ਮਿਲੇਗੀ। ਤਾਂ ਇਹਨਾਂ ਨੇ ਇੱਥੇ ਦੱਸਿਆ ਦਾ ਕਲਾਸਿਕਲ ਕੋਰਕ ਸਟੋਪਰਸ ਡਜ਼ ਹੈਵ ਸੈਵਰਲ ਐਡਵਾਂਟੇਜਸ, ਉਹਨੇ ਦੱਸ ਦਿੱਤੀ ਉਹਦੀਆਂ ਬਹੁਤ ਸਾਰੀਆਂ ਐਡਵਾਂਟੇਜਸ ਨੇ। ਤਾਂ ਇਹਦਾ ਹੈਗਾ ਫੋਰਥ ਹੈਗੀ ਹੈ ਸ਼ੂਟ ਦਾ ਡੈਸ਼ ਆਫ ਕੁਆਲਿਟੀ ਪ੍ਰੋਡਕਟਸ, ਵੀ ਜਿਹੜਾ ਉਹ ਸ਼ੂਟ ਕੀਤਾ ਜਾਂਦਾ ਸੀ ਉਹ ਕਿਸ ਦੇ ਦੁਆਰਾ ਕੀਤਾ ਜਾਂਦਾ ਸੀ ਜਿਹੜਾ ਕੁਆਲਿਟੀ ਪ੍ਰੋਡਕਟ ਸੀ। ਤਾਂ ਆਪਾਂ ਹੁਣ ਇਹਦਾ ਅੱਗੋਂ ਪੜਾਂਗੇ। ਹਾਵਰ ਹਾਲਾਂਕਿ ਫਸਟਲੀ ਇਟਸ ਟ੍ਰੈਡੀਸ਼ਨਲ ਈਮੇਜ ਇਜ ਮੋਰ ਇਨ ਕੀਪਿੰਗ ਵਿਦ ਦੈਟ ਟਾਈਪ ਆਫ ਦਾ ਹਾਈ ਕੁਆਲਿਟੀ ਗੁੱਡਸ, ਜਿਹੜਾ ਇਹਦਾ ਟ੍ਰੈਡੀਸ਼ਨਲ ਸੀਗਾ ਤਾਂ ਇਹਨੂੰ ਆਪਾਂ ਈਮੇਜ ਦੇ ਲਈ ਸ਼ੂਟ ਕਰ ਸਕਦੇ ਸੀ, ਇਜ ਮੋਰ ਇਨ ਕੀਪਿੰਗ ਵੀ ਈਮੇਜ ਦੇ ਥਰੂ ਆਪਾਂ ਇਹਨੂੰ ਟਾਈਪ ਆਫ ਹਾਈ ਕੁਆਲਿਟੀ ਗੁੱਡਸ ਇਹਦੇ ਦੁਆਰਾ ਆਪਾਂ ਇਹਨੂੰ ਦਿਖਾ ਸਕਦੇ ਸੀ। ਤੇ ਇਹਦਾ ਫਸਟ ਆਨਸਰ ਆ ਗਿਆ ਈਮੇਜ, ਠੀਕ ਹੈ ਜੀ। ਅੱਗੇ ਨੇ ਪੁੱਛਿਆ ਮੇਡ ਫਰੋਮ ਏ ਡੈਸ਼, ਮੇਡ ਹੁੰਦਾ ਬਣਾਉਣਾ, ਫਰੋਮ ਏ ਡੈਸ਼ ਮਟੀਰੀਅਲ, ਇਹ ਕਿਹੜੇ ਮਟੀਰੀਅਲ ਦੁਆਰਾ ਬਣਾਇਆ ਜਾਂਦਾ ਸੀ। ਤੇ ਅਗਲਾ ਹੈਗਾ ਈਜ਼ਲੀ ਡੈਸ਼, ਇਹ ਵੀ ਆਪਾਂ ਨਾਲ ਹੀ ਲੱਭ ਲਾਂਗੇ, ਈਜ਼ਲੀ ਡੈਸ਼ ਹੈ। ਤਾਂ ਆਪਾਂ ਇੱਥੋਂ ਅੱਗੋਂ ਪੜ੍ਹਨਾ ਸਟਾਰਟ ਕਰਦੇ ਹਾਂ। ਸੈਕਿੰਡਲੀ ਐਂਡ ਵੈਰੀ ਇੰਪੋਰਟੈਂਟਲੀ ਕੋਰਕ ਇਜ਼ ਏ ਸਸਟੇਨੇਬਲ ਪ੍ਰੋਡਕਟ, ਸਸਟੇਨੇਬਲ ਪ੍ਰੋਡਕਟ ਹੈ ਦੈਟ ਕੈਨ ਬੀ ਰੀਸਾਈਕਲਡ ਵਿਦਆਊਟ ਡਿਫੀਕਲਟੀ। ਤਾਂ ਇਹਨਾਂ ਨੇ ਕੀ ਪੁੱਛਿਆ ਸੀ ਮੇਡ ਫਰੋਮ ਏ ਡੈਸ਼ ਮਟੀਰੀਅਲ, ਤਾਂ ਇਹਨਾਂ ਨੇ ਕਿਹਾ ਹੈਗਾ ਇਜ਼ ਵੈਰੀ ਇੰਪੋਰਟੈਂਟ ਕੋਰਕ ਇਜ਼ ਏ ਸਸਟੇਨੇਬਲ ਪ੍ਰੋਡਕਟ, ਇਹ ਹੈਗਾ ਸਸਟੇਨੇਬਲ ਪ੍ਰੋਡਕਟ। ਤਾਂ ਇਹਦਾ ਆਨਸਰ ਹੈਗਾ ਸਸਟੇਨੇਬਲ ਮਟੀਰੀਅਲ। ਤੇ ਅਗਲਾ ਹੈਗਾ ਸੀ ਈਜ਼ਲੀ ਡੈਸ਼, ਤਾਂ ਇਹਨਾਂ ਨੇ ਕਿਹਾ ਦੈਟ ਕੈਨ ਬੀ ਰੀਸਾਈਕਲਡ ਵਿਦਆਊਟ ਡਿਫੀਕਲਟੀ, ਇਹਨਾਂ ਨੇ ਕਿਹਾ ਵਿਦਆਊਟ ਡਿਫੀਕਲਟੀ ਇਹਨੂੰ ਰੀਸਾਈਕਲ ਕਰ ਸਕਦੇ, ਇਹਨਾਂ ਨੇ ਕਿਹਾ ਈਜ਼ਲੀ ਡੈਸ਼, ਤਾਂ ਈਜ਼ਲੀ ਕਿਸ ਕਰ ਸਕਦੇ ਆਪਾਂ ਇਹਨੂੰ ਰੀਸਾਈਕਲਡ ਕਰ ਸਕਦੇ ਹਾਂ, ਠੀਕ ਹੈ ਜੀ। ਅੱਗੇ ਆਪਾਂ ਪੜ੍ਹਦੇ ਹਾਂ ਅਗਲੀ ਫਿਲ ਇਨ ਦਾ ਬਲੈਂਕਸ। ਕੋਰਕ ਫੋਰੈਸਟ ਇਜ਼ ਐਡ ਹੁੰਦੀ ਹੈ ਹੈਲਪ ਫੋਰ ਕੋਰਕ ਫੋਰੈਸਟ ਇਜ਼ ਐਡ ਡੈਸ਼, ਤੇ ਅਗਲੀ ਹੈਗੀ ਹੈ ਕੋਰਕ ਫੋਰੈਸਟ ਸਟੋਪ ਡੈਸ਼ ਹੈਪਨਿੰਗ। ਤਾਂ ਇਸ ਤੋਂ ਆਪਾਂ ਅੱਗੇ ਪੜ੍ਹਨਾ ਸਟਾਰਟ ਕਰਦੇ ਹਾਂ। ਮੋਰ ਓਵਰ ਕੋਰਕ ਫੋਰੈਸਟ ਇਜ਼ ਆਰ ਏ ਰਿਸੋਰਸਿਸ ਵਿੱਚ ਸਪੋਰਟ, ਇੱਥੇ ਸਪੋਰਟ ਲਿਖਤਾ ਉੱਥੇ ਇਹਨਾਂ ਨੇ ਕਿਹਾ ਏਡ, ਤਾਂ ਇਹਦਾ ਆਨਸਰ ਆ ਜਾਊਗਾ ਰਿਸੋਰਸ। ਇਹ ਕਿਹਾ ਕੋਰਕ ਫੋਰੈਸਟ ਇਜ਼ ਆਰ ਏ ਰਿਸੋਰਸਿਸ ਵਿੱਚ ਸਪੋਰਟਸ ਲੋਕਲ ਬਾਇਓਡਾਇਵਰਸਿਟੀ, ਜਿਹੜਾ ਕਿ ਲੋਕਲ ਬਾਇਓਡਾਇਵਰਸਿਟੀ ਦੇ ਵਿੱਚ ਹੈਲਪ ਕਰਦਾ ਹੈ। ਸੋ ਤਾਂ ਇਹਨਾਂ ਨੇ ਕਿਹਾ ਕੋਰਕ ਫੋਰੈਸਟ ਐਡ ਰਿਸੋਰਸ ਸੋਰੀ। ਅਗਲਾ ਹੈਗਾ ਸੀ ਕੋਰਕ ਫੋਰੈਸਟ ਸਟੋਪ ਡੈਸ਼ ਹੈਪਨਿੰਗ, ਇਸ ਤੋਂ ਅੱਗੇ ਪੜ੍ਹਦੇ ਹਾਂ। ਐਂਡ ਪ੍ਰੀਵੈਂਟ, ਪ੍ਰੀਵੈਂਟ ਹੁੰਦਾ ਸਟੋਪ, ਇੱਥੇ ਲਿਖਿਆ ਸਟੋਪ ਇੱਥੇ ਲਿਖਿਆ ਪ੍ਰੀਵੈਂਟ, ਪ੍ਰੀਵੈਂਟ ਡਿਸਰਟੀਫਿਕੇਸ਼ਨ ਇਨ ਦਾ ਰੀਜ਼ਨਸ ਵੇਅਰ ਦੇ ਆਰ ਪਲਾਂਟਡ, ਇਹਨਾਂ ਨੇ ਕਿਹਾ ਕੋਰਕ ਫੋਰੈਸਟ ਸਟੋਪ ਡੈਸ਼ ਹੈਪਨਿੰਗ, ਤਾਂ ਉੱਥੇ ਕੀ ਕਿਹਾ ਸੀ ਸਟੋਪ, ਇੱਥੇ ਕੀ ਲਿਆ ਹੈ ਪ੍ਰੀਵੈਂਟ, ਤਾਂ ਪ੍ਰੀਵੈਂਟ ਦੇ ਨਾਲ ਆਪਣਾ ਆਨਸਰ ਆ ਗਿਆ ਡਿਸਰਟੀਫਿਕੇਸ਼ਨ। ਚਲੋ ਜੀ, ਇਹ ਸੀਗੀਆਂ ਆਪਣੀਆਂ ਫਿਲ ਇਨ ਦ ਬਲੈਂਕਸ। ਆਈ ਥਿੰਕ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਸਮਝ ਆਈਆਂ ਹੋਣਗੀਆਂ, ਜੇ ਤੁਹਾਨੂੰ ਸਮਝ ਨਾ ਆਉਣ ਤਾਂ ਮੈਨੂੰ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ। ਜੇ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ।